ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬੀਐਡ ਦੇ ਜੋ ਐਗਜ਼ਾਮ ਹੁੰਦੇ ਨੇ ਬੇਸ਼ੱਕ ਉਹ ਸੈਮ 1 ਦੇ ਨੇ ਸੈਮ 2 ਦੇ ਨੇ ਸੈਮ 3 ਵਿੱਚ ਥਿਊਰੀ ਐਗਜ਼ਾਮ ਨਹੀਂ ਹੁੰਦੇ ਇਸ ਤੇ ਵੱਖਰਾ ਵੀਡੀਓ ਆ ਜਾਏਗਾ ਸੈਮ 4 ਦੇ ਨੇ ਉਹਨਾਂ ਵਿੱਚ ਪੇजेस ਕਿੰਨੇ ਭਰਨੇ ਨੇ ਜਾਂ ਟਾਈਮ ਨੂੰ ਮੈਨੇਜ ਕਿੱਦਾਂ ਕਰਨਾ ਹੈ ਜਾਂ ਜੋ ਵੀ ਸਾਡੀ ਨੌਲੇਜ ਹੈ ਕੰਟੈਂਟ ਹੈ ਉਸ ਨੂੰ ਸਭ ਤੋਂ ਅੱਛੇ ਤਰੀਕੇ ਨਾਲ ਪੇਪਰ ਦੇ ਉੱਤੇ ਉਹਨਾਂ ਸ਼ੀਟਸ ਦੇ ਉੱਤੇ ਕਿੱਦਾਂ ਲਿਖਿਆ ਜਾ ਸਕਦਾ ਹੈ ਕੀੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਇਹ ਗੱਲ ਕਰਾਂਗੇ ਸਭ ਤੋਂ ਪਹਿਲਾਂ ਇਹ ਜਾਣ ਲੈਣਾ ਚਾਹੀਦਾ ਹੈ ਕਿ ਟੋਟਲ ਨੰਬਰ ਆਫ ਪੇजेस ਸਾਨੂੰ ਕਿੰਨੇ ਮਿਲਨੇ ਆ ਜਿਹੜੀ ਸ਼ੀਟ ਅਨਸਰ ਬੁੱਕਲੇਟ ਜਿਸ ਨੂੰ ਤੁਸੀਂ ਕਹਿੰਦੇ ਆ ਅਨਸਰ ਜਿਸ ਤੇ ਤੁਸੀਂ ਰਿਕਾਰਡ ਕਰਨਾ ਲਿਖਣਾ ਹੈ ਉਸ ਦੇ ਪੇਜ ਕਿੰਨੇ ਹੁੰਦੇ ਨੇ ਦੋ ਇਸ ਤਰ੍ਹਾਂ ਦੀਆਂ ਸ਼ੀਟਸ ਹੁੰਦੀਆਂ ਇੱਕ ਸ਼ੀਟ ਆਉਂਦੀ ਹੈ yellow color ਕਰਕੇ ਤੇ ਦੱਸਦਾ ਹਾਂ ਇੱਕ ਸ਼ੀਟ 36 ਪੇਜ ਦੀ ਆਉਂਦੀ ਹੈ ਇੱਕ 24 ਪੇਜ ਦੀ ਆਉਂਦੀ ਹੈ ਜਿਹੜੇ ਵਿਦਿਆਰਥੀ ਬੀਐਡ ਦੇ ਨੇ ਉਹਨਾਂ ਦੇ ਜਨਰਲ ਪੇਪਰ ਲਈ 36 ਪੇਜ ਵਾਲੀ ਇਹ ਪੇਪਰ ਦੇਖ ਲਈਏ ਇੱਥੇ ਆਪਾਂ ਤੁਹਾਡੇ ਪੇਪਰ ਹੈ ਫਾਰ ਐਗਜ਼ਾਮਪਲ ਸੈਮ 1 ਦਾ ਹੈ ਫਿਲਾਸੋਫੀਕਲ ਐਂਡ ਸੋਸ਼ੀਓਲੋਜੀਕਲ ਬੇਸਿਸ ਆਫ ਐਜੂਕੇਸ਼ਨ ਹੈ ਨਾ ਇਹ 70 ਮਾਰਕਸ ਦਾ ਹੈ ਵੱਡਾ ਪੇਪਰ ਹੈ 3 ਘੰਟੇ ਦਾ ਪੇਪਰ ਹੈ ਏ ਐ ਸਾਈਕੋਲੋਜੀਕਲ ਪਰਸਪੈਕਟਿਵ ਇਨ এডੂਕੇਸ਼ਨ 3 ਘੰਟੇ ਦਾ ਪੇਪਰ ਹੈ ਸੋ ਜਿਹੜੇ 3 ਘੰਟੇ ਦੇ ਪੇਪਰ ਹੁੰਦੇ ਤੁਹਾਨੂੰ ਪਤਾ ਹੈ ਔਰ ਦੂਸਰੇ ਡੇਢ ਘੰਟੇ ਦੇ ਪੇਪਰ ਹੋ ਸਕਦੇ ਨੇ ਛੋਟੇ ਪੇਪਰ ਹੋ ਸਕਦੇ ਨੇ ਉਹਨਾਂ ਦੇ ਲਈ ਸ਼ੀਟ ਵੱਖਰੀਆਂ ਵਰਤੀਆਂ ਜਾਂਦੀਆਂ ਹਨ ਵੱਡੇ ਜਿਹੜੇ ਪੇਪਰ ਨੇ ਜਨਰਲ ਪੇਪਰ ਉਹਨਾਂ ਨੂੰ ਵੀ ਆਪਾਂ ਕਹਿ ਦਿੰਦੇ ਆ 36 ਪੇਜ ਔਰ ਦੂਸਰਿਆਂ ਲਈ ਜਿਹੜੇ ਛੋਟੇ ਹੈ 24 ਜੇਕਿਨ ਜੇ ਗ੍ਰੈਜੂਏਸ਼ਨ ਹੈ ਗ੍ਰੈਜੂਏਸ਼ਨ ਵਿੱਚ ਉਲਟ ਹੁੰਦਾ ਹੈ ਜੇਕਰ ਤੁਹਾਡਾ ਜਨਰਲ ਪੇਪਰ ਹੈ ਫਿਰ ਉੱਥੇ 24 ਪੇਜ ਨੰਬਰ ਆਫ ਪੇजेस ਦੀ ਸ਼ੀਟ ਹੋਏਗੀ ਔਰ ਜੇ ਤੁਹਾਡਾ ਇਲੈਕਟਿਵ ਪੇਪਰ ਹੈ ਉਹ ਵੱਡਾ ਹੋਏਗਾ ਉਹ ਤਾਂ 36 ਦੀ ਹੈ ਸੋ ਇਹ ਕਨਫਿਊਜ਼ਨ ਤੋਂ ਬਚਣਾ ਹੈ ਹੁਣ ਅਗਲੀ ਗੱਲ ਇਹ ਜਾਣ ਲੈਣੀ ਚਾਹੀਦੀ ਹੈ ਕਿ ਕੀ 30 ਦੇ 36 ਪੇजेस ਤੇ ਲਿਖਿਆ ਜਾ ਸਕਦਾ ਹੈ ਨਹੀਂ ਇਹਦੇ ਵਿੱਚੋਂ ਇੱਕ ਪੇਜ ਤੇ ਇਨਸਟਰਕਸ਼ਨ ਹੁੰਦੀ ਹੈ ਇਸ ਲਈ ਮਾਈਨਸ ਕਰ ਦਿੱਤਾ ਇੱਕ ਪੇਜ 1 ਇਟ ਮੀਨਸ 35 ਪੇਜ ਬਚੇ ਨੇ ਨਾਰਮਲੀ ਕਈ ਵਾਰੀ ਤਾਂ ਲਾਸਟ ਜਿਹੜਾ ਇਨਸਟਰਕਸ਼ਨ ਵਾਲੀ ਦਾ ਬੈਕ ਸਾਈਡ ਵਾਲਾ ਪੇਜ ਹੁੰਦਾ ਹੈ ਫਸਟ ਇਨਸਟਰਕਸ਼ਨ ਉਹਦੀ ਬੈਕ ਸਾਈਡ ਤੇ ਸਟੂਡੈਂਟ ਉਸ ਤੇ ਵੀ ਨਹੀਂ ਲਿਖਦੇ ਸੋ ਤੁਹਾਡੇ ਕੋਲ 34 ਜਾਂ 35 ਜਿਹੜੇ ਨੇ ਬਚਦੇ ਨੇ ਜਿਹੜੇ ਪੇजेस ਜੇ 24 ਹੈ 24 ਚੋਂ 1 ਮਾਈਨਸ ਕੀਤਾ ਤੇ ਇਹ 23 1 ਮਾਈਨਸ ਕਰ ਦਿੱਤਾ ਇਹ 23 ਬਚਦੇ ਨੇ ਪੇਜ ਹਨਾ ਜੇ ਇਨਸਟਰਕਸ਼ਨ ਦੀ ਬੈਕ ਵਾਲਾ ਨਹੀਂ ਵਰਤਨਾ ਤੇ 22 ਪੇਜ ਵਚਨ ਕੇ ਹੁਣ ਅਸੀਂ 35 ਪੇਜਾਂ ਵਾਲੀ ਗੱਲ ਕਰਨ ਲੱਗੇ ਆ ਇਸ ਵੀਡੀਓ ਵਿੱਚ ਕਿ ਅਸੀਂ ਕਿਦਾਂ ਭਰਨੇ ਨੇ ਇੱਕ ਮੇਨ ਫੈਕਟਰ ਹੈ ਕਿ ਸਪੀਡ ਤੁਹਾਡੀ ਕਿੰਨੀ ਹੈ ਸਪੀਡ ਡਿਪੈਂਡ ਕਰਦੀ ਹੈ ਦੋ ਤਿੰਨ ਫੈਕਟਰ ਤੇ ਇੱਕ ਕੰਟੈਂਟ ਨੌਲੇਜ ਤੁਹਾਨੂੰ ਸਾਰੇ ਕੁਐਸਚਨ ਦਾ ਆਨਸਰ ਪਤਾ ਹੈ ਜਹਾਂ ਤੁਹਾਨੂੰ ਬਾਰ-ਬਾਰ ਸੋਚਣਾ ਪੈਂਦਾ ਹੈ ਜੇ ਬਾਰ-ਬਾਰ ਸੋਚਣਾ ਪੈਂਦਾ ਹੈ ਸਪੀਡ ਘਟ ਜਾਂਦੀ ਹੈ ਅਸੀਂ ਪਹਿਲਾਂ ਗੱਲ ਕਰਾਂਗੇ ਕਿ ਸਾਨੂੰ ਸਾਰਾ ਕੁਐਸਚਨ ਬਿਨਾਂ ਰੁਕੇ ਅਸੀਂ ਲਿਖ ਸਕਦੇ ਹਾਂ ਤੇ ਸਪੀਡ ਨੂੰ ਮੇਨਟੇਨ ਰੱਖਦੇ ਹੋਏ ਅਸੀਂ ਬੈਸਟ ਅਟੈਂਪਟ ਕੀ ਕਰ ਸਕਦੇ ਹਾਂ ਕਿੰਨੇ ਪੇਜ ਕਿਸ ਕੁਐਸਚਨ ਨੂੰ ਦੇਣੇ ਹਨ ਅ ਪਹਿਲਾ ਸਪੀਡ ਨੂੰ ਵੀ ਥੋੜਾ ਜਿਹਾ ਦੇਖ ਲਈਏ ਪੇजेस ਹਨ ਪੇजेस ਨਾਰਮਲ ਅੱਛੀ ਸਪੀਡ ਵਾਲਾ ਲਰਨਰ ਕਿਹੜਾ ਹੁੰਦਾ ਹੈ ਜਿਹੜੇ ਇੱਕ ਪੇਜ ਜੇ ਕੋਈ ਪੜ੍ਹ ਲੈਂਦਾ ਹੈ ਕਿੰਨੇ ਮਿੰਟ ਵਿੱਚ ਇੱਥੇ ਮਿੰਟ ਟੀਚੇ ਲਿਖੇ ਗਏ ਹਨ 5 ਤੋਂ 6 ਮਿੰਟ ਦੇ ਵਿੱਚ ਵਿੱਚ ਸਾਢੇ 5 ਮਿੰਟ ਵਿੱਚ ਜੇ ਤੁਸੀਂ ਇੱਕ ਪੇਜ ਪੜ੍ਹ ਲੈਂਦੇ ਹੋ ਔਨ ਐਨ ਐਵਰੇਜ ਹਨਾ ਤਾਂ ਤੁਹਾਡੀ ਬੈਸਟ ਸਪੀਡ ਹੈ ਕਾਰਨ ਹੈ ਕਿ ਤੁਸੀਂ ਟੋਟਲ 34 ਜਾਂ 35 ਪੇਜ ਫਿਲ ਕਰਨੇ ਨੇ ਕਿੰਨੇ ਮਿੰਟ ਵਿੱਚ 180 ਮਿੰਟ ਵਿੱਚ ਸੋ ਇਸ ਨੂੰ ਤੁਸੀਂ ਖੁਦ ਵੀ ਡਿਵਾਈਡ ਕਰਕੇ ਦੇਖ ਸਕਦੇ ਹੋ ਅੱਛੀ ਸਪੀਡ ਵਾਲਾ ਲਰਨਰ ਇਹ ਹੁੰਦਾ ਹੈ ਹੁਣ ਸਾਡੇ ਸਾਹਮਣੇ ਜੋ ਬੀਅਰ ਦੀ ਗੱਲ ਕਰ ਰਹੇ ਹਾਂ ਜਿਹੜਾ ਸਾਡੇ ਕੋਲ ਪੈਟਰਨ ਹੈ ਸਾਨੂੰ ਪਤਾ ਹੈ ਕਿ ਸੈਕਸ਼ਨ 2 ਏ ਆਏਗਾ ਉਹਦੇ ਚ ਦੋ ਕੁਐਸਚਨ ਕਰਨੇ ਆ ਸੀ ਫਿਰ ਸੈਕਸ਼ਨ ਬੀ ਚ ਦੋ ਕੁਐਸਚਨ ਕਰਨੇ ਆ ਤੇ ਇਹ ਪੰਜਵਾਂ ਕੁਐਸਚਨ ਹੋਏਗਾ ਟੋਟਲ ਪੰਜ ਕੁਐਸਚਨ ਹੈ ਇਹ ਇੱਕ ਕੁਐਸਚਨ 1 ਇਥੇ ਮਾਰਕਸ ਲਿਖ ਲੈਣੇ ਆ ਕਿੰਨੇ ਮਾਰਕਸ ਦਾ ਹੈ ਇਹ 12 ਮਾਰਕਸ ਦਾ ਹੈ ਛੋਟਾ ਕਰਕੇ ਲਿਖਾਂਗੇ 12 ਮਾਰਕਸ ਦਾ ਹੈ 12 ਮਾਰਕਸ ਦਾ ਹੈ 12 ਮਾਰਕਸ ਦਾ ਹੈ ਔਰ ਇਹ ਜਿਹੜੇ ਕੁਐਸਚਨ ਨੇ ਇਸ ਟੂ ਵਾਈਟ ਕਰਕੇ ਦੱਸ दिए ਪੰਜਵਾਂ ਕੁਐਸਚਨ ਜਿਹੜਾ ਹੈ ਪੇਪਰ ਹੈ ਇਸ ਦੇ 11 ਕੁਐਸਚਨ ਨੇ 1 2 3 4 5 6 7 8 9 10 11 2-2 ਮਾਰਕਸ ਦੇ ਇੱਥੇ ਮੈਂ ਕਲਰ ਵਰਤ ਕੇ ਇਹਨਾਂ ਨੂੰ ਦੱਸਦਾ ਕਿ ਇਹ 2 2 ਮਾਰਕਸ ਦੇਨੇ 2 ਕੱਲਾ ਲਿਖ ਦਿੱਤਾ 2 2 ਮਾਰਕਸ ਦੇਨੇ ਅ ਸੋ ਪੇजेस ਕਿੰਨੇ ਫਿਲ ਕਰਨੇ ਆਈਡਲੀ ਬੰਦੇ ਹਨ ਅ ਸੋ ਆਈਡਲੀ ਜੇ ਸਪੀਡ ਅੱਛੀ ਹੈ 35 ਪੇਜ ਤੁਸੀਂ 3 ਘੰਟੇ ਚ ਭਰ ਲੈਂਦੇ ਹੋ ਤੇ ਇਹ ਇੱਕ ਆਈਡੀਆ ਇਹ ਹੈ ਜਿਹਨਾਂ ਦੀ ਅੱਛੀ ਸਪੀਡ ਹੈ ਤੇਜ਼ ਚੱਲਦੇ ਨੇ ਦੋ ਪੈਟਰਨ ਰੱਖਾਂਗਾ ਉਹਨਾਂ ਚੋਂ ਇੱਕ ਤੁਹਾਨੂੰ ਚੂਜ਼ ਕਰਨਾ ਹੋਏਗਾ ਸੱਤ ਪੇਜ ਸੱਤ ਪੇਜ ਸੱਤ ਪੇਜ ਸੱਤ ਪੇਜ ਹੁਣ ਜੇ ਇਹਨਾਂ ਨੂੰ ਟੋਟਲ ਕਰਕੇ ਦੇਖ ਲਈਏ 7 ਚੌਕਾ 28 ਅ 28 ਪੇਜ ਤੁਹਾਡੇ ਇਹ ਭਰੇ ਗਏ ਬਾਕੀ ਤੁਹਾਡੇ ਬੱਚੇ 35 ਵਿੱਚੋਂ 7 ਪੇਜ ਆ ਇੱਥੇ ਬੱਚੇ ਟੋਟਲ 7 ਪੇਜ 7 ਪੇਜ ਵਿੱਚ ਇਹ ਤੁਸੀਂ 11 ਕੁਐਸਚਨ ਕਰਨੇ ਨੇ ਇਟ ਮੀਨਸ ਹਾਫ ਪੇਜ ਦਾ ਇੱਕ ਕੁਐਸਚਨ ਤੁਸੀਂ ਕਰੋਗੇ ਤਾਂ ਇਹ 11 ਕੁਐਸਚਨ ਹੋ ਜਾਣਗੇ ਇਹ ਵਾਲੇ 11 ਕੁਐਸਚਨ ਹੋ ਜਾਣਗੇ ਹਾਫ ਹਾਫ ਪੇਜ ਦਾ ਕਰੋਗੇ ਤੇ ਅੱਧਾ ਪੇਜ ਤੁਹਾਡਾ ਲਾਸਟ ਤੇ ਇੱਕ ਪੇਜ ਜਿਹੜਾ ਹੈ ਬਚ ਜਾਏਗਾ ਮਤਲਬ 30 ਅੱਧਾ ਪੇਜ ਬਚੇਗਾ ਹਨਾ دوسری ਅਪਰੋਚ ਕੀ ਹੈ ਕਿ ਐਸਾ ਕੋਈ ਸ਼ਖਸ ਨਹੀਂ ਹੁੰਦਾ ਕਿ ਜਿਹੜਾ 30 5 ਪੇਜ ਉਹ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਅੱਛੀ ਹੈਂਡਰਾਈਟਿੰਗ ਦੇ ਵਿੱਚ ਉਹ ਫਿਲ ਕਰ ਲੇ ਤੇ ਹੈਂਡਰਾਈਟਿੰਗ ਖੁੱਲੀ-ਖੁੱਲੀ ਨਾ ਹੋਵੇ ਹਨਾ ਅਜੇ ਹਨ ਨਹੀਂ ਹੈ ਨਾਰਮਲੀ ਜੋ 10% ਬੱਚੇ ਜਿਹੜੇ ਨੇ ਇਹ ਕਰ ਸਕਦੇ ਨੇ ਜੇ ਮੈਂ ਪਿੱਛੇ ਕਿਹਾ ਕਿ ਅਜਿਹਾ ਨਹੀਂ ਹੋ ਸਕਦਾ ਹੋ ਸਕਦਾ ਹੈ ਟਾਪਰ ਮੈਰਿਟ ਵਾਲੇ ਇਹੀ ਹੁੰਦੇ ਨੇ 10% ਬੱਚੇ ਇਹ ਹੋ ਸਕਦੇ ਨੇ ਇਹ ਉਹ ਪੈਟਰਨ ਲੈ ਸਕਦੇ ਉਹ ਹੀ 10% ਬੱਚਿਆਂ ਲਈ ਦੂਸਰਾ ਪੈਟਰਨ ਕੀ ਹੈ ਕਲਰ ਚੇਂਜ ਕਰਕੇ ਇਹ ਦੱਸਣ ਲੱਗਾ ਹਾਂ ਇੱਥੇ ਇਹ ਨੀਲੇ ਕਲਰ ਨਾਲ ਪੇजेस ਫਿਰ ਲਿਖ ਲਿਆ ਹੈ ਮੈਂ ਸੋ ਉਹ 6 ਪੇਜ ਕਰ ਸਕਦੇ ਨੇ ਜੇ ਥੋੜੀ ਸਪੀਡ ਘੱਟ ਹੈ ਜਾਂ ਛੋਟੇ ਕੁਐਸਚਨ ਨੂੰ ਵੱਡਾ ਕਰਨਾ ਹੈ 6 6 6 6 6 ਮਿਲਾ ਕੇ आ, बन गए 24 पेज 24 पेज ਤੁਹਾਡੇ ਵੱਡੇ ਕੁਐਸਚਨ ਜਿਹੜੇ ਆ ਖਾ ਗਏ ਔਰ ਸਾਡੇ ਕੋ ਬਾਕੀ ਬਚੇ ਨੇ ਜੇ 35 ਪੇਜ ਸੀ ਬਾਕੀ ਪੇਜ ਪੇਜ ਬਚੇ 11 ਔਰ ਸਾਡੇ ਕੋ 11 ਹੀ ਕੁਐਸਚਨ ਕਰਨ ਵਾਲੇ ਨੇ ਇੱਕ ਮਿੰਟ ਇਟ ਮੀਨਸ ਇੱਕ ਪੇਜ ਦਾ ਇੱਕ ਕੁਐਸਚਨ ਅਸੀਂ 2 ਨੰਬਰ ਦਾ ਕਰ ਰਹੇ ਆ ਪਰ ਨਾਰਮਲੀ ਐਕਸਪੈਕਟਡ ਜੋ ਟੀਚਰ ਤੋਂ ਇਹ ਪੁੱਛਿਆ ਗਿਆ ਹੈ ਕਿ ਕਿੰਨੇ ਪੇਜ ਦਾ ਹੋਣਾ ਚਾਹੀਦਾ ਛੋਟਾ ਕੁਐਸਚਨ ਉਹਨਾਂ ਨੇ ਹਾਫ ਪੌਨੇ ਪੇਜ ਦੇ ਵਿਚਾਰ ਦੱਸਿਆ ਹੈ ਇਟ ਮੀਨ ਹਾਫ ਤੋਂ ਥੋੜਾ ਜ਼ਿਆਦਾ ਹੋਣਾ ਚਾਹੀਦਾ ਪੌਨੇ ਪੇਜ ਤੱਕ ਚਲ ਜੋ ਕੇ ਤੇ ਮਾਰਕਸ ਅੱਛੇ ਮਿਲ ਜਾਂਦੇ ਬਾਕੀ ਡਿਪੈਂਡ ਕਰਦਾ ਹੈ ਕੁਐਸਚਨ ਕਿਸ ਤਰ੍ਹਾਂ ਹੈ ਪਰ ਹਾਫ ਪੇਜ ਤੋਂ ਕਿਸੇ ਵੀ ਹਾਲਤ ਚ ਘੱਟ ਛੋਟਾ ਕੁਐਸਚਨ ਨਹੀਂ ਕਰਨਾ ਜਿਨ੍ਹਾਂ ਦੀ ਸਪੀਡ ਜ਼ਿਆਦਾ ਹੈ ਹਨਾ ਜਿਨ੍ਹਾਂ ਦੀ ਸਪੀਡ ਘਟ ਗਈ ਹੈ ਉਹ ਜਿਨ੍ਹਾਂ ਦੀ ਸਪੀਡ ਬਿਲਕੁਲ ਘਟ ਗਈ ਹੈ ਕਲਰ ਚੇਂਜ ਹੈ ਇਹ ਰੈੱਡ ਜ਼ੋਨ ਚ ਆ ਗਏ ਉਹ ਜਿਨ੍ਹਾਂ ਦੀ ਸਪੀਡ ਘੱਟ ਹੈ ਉਹ ਕੀ ਕਰਨਗੇ ਉਹ 6 ਦੀ ਜਗ੍ਹਾ 5 5 5 5 ਇਹ ਵੀ ਕਰ ਸਕਦੇ ਆ ਜੇ ਤੁਹਾਡੇ ਵਿੱਚ ਆਂਦਾ ਹੈ ਤੁਸੀਂ 5.5 5.5 5.5 5.5 ਇਸ ਤਰ੍ਹਾਂ 20 ਕਰ ਸਕਦੇ ਹੋ ਸੋ ਇਹ ਡਿਪੈਂਡ ਕਰਦਾ ਹੈ ਤੁਹਾਡੀ ਤਿਆਰੀ ਤੇ ਸਪੀਡ ਕਿੰਨੀ ਹੈ ਹੁਣ ਨਾਰਮਲੀ ਬੈਸਟ ਜਿਹੜੀ ਅਪਰੋਚ ਹੈ ਚੱਲ ਰਹੀ ਉਹ ਇਹ ਚੱਲ ਰਹੀ ਤੁਹਾਡੀ ਡਿਮਾਂਡ ਜਿਹੜੀ ਕੀਤੀ ਜਾ ਰਹੀ ਹੈ ਕਿ 6.5 6.5 6.5 6.5 ਪੇਜ ਜਿਹੜੇ ਬਚਦੇ ਨੇ 24 ਦੇ 26 ਬਚਦੇ ਨੇ ਔਰ ਇਹ ਪੌਣੇ ਪੌਣੇ ਪੇਜ ਦਾ ਇਹ ਕੁਐਸਚਨ ਬਚਦਾ ਹੈ ਇਸ ਤਰ੍ਹਾਂ ਇਸ ਤਰ੍ਹਾਂ ਬਚਦਾ ਹੈ ਪਰ ਜੇ ਤੁਹਾਨੂੰ ਪਤਾ ਹੈ ਕਿ ਤੁਹਾਡੇ ਕੋ 34 ਜਾਂ ਨਾਰਮਲੀ ਪੇਜ ਨਹੀਂ ਫਿਲ ਹੁੰਦੇ 30 ਪੇਜ ਫਿਲ ਹੁੰਦੇ ਹਨ 32 31 ਪੇਜ ਫਿਲ ਹੁੰਦੇ ਹਨ ਤੁਸੀਂ 6 ਵਾਲਾ ਰੱਖੋ 6 ਵੱਡੇ ਕੁਐਸਚਨ ਲਈ 12 ਹਨਾ 6 6 6 ਦਾ ਰੱਖ ਕੇ ਬਾਕੀ ਜਿਹੜੇ 11 ਪੇਜ ਬਚਦੇ ਨੇ ਉਹਨਾਂ ਤੇ ਹਰ ਪੇਜ ਤੇ ਅੱਧੇ ਪੌਣੇ ਦਾ ਅੱਧੇ ਪੌਣੇ ਦਾ ਜਾਂ ਅੱਧੇ ਪੇਜ ਦਾ ਜਿੰਨਾ ਵੀ ਤੁਹਾਡਾ ਸੈਟੀਸਫੈਕਸ਼ਨ ਲੈਵਲ ਹੈ ਉਹਨਾਂ ਤੁਸੀਂ ਕਰ ਸਕਦੇ ਆ ਪਰ ਮੈਂ ਇਸ ਇਸ ਵਿੱਚੋਂ ਕਿਸੇ ਵੀ ਅਪਰੋਚ ਨਾਲ ਪੂਰੀ ਤਰ੍ਹਾਂ ਨਾਲ ਸਹਿਮਤ ਨਹੀਂ ਹਾਂ ਇਸ ਤੋਂ ਵਧੀਆ ਅਪਰੋਚ ਜਿਹੜੀ ਹੈ ਉਹ ਟਾਈਮ ਬੇਸਡ ਅਪਰੋਚ ਹੈ ਕਿ ਤੁਸੀਂ ਟਾਈਮ ਨੂੰ ਮੈਨੇਜ ਕਰੋ ਟਾਈਮ ਨੂੰ ਡਿਵਾਈਡ ਕਰੋ ਟਾਈਮ ਸਾਡੇ ਕੋਲ ਚਾਰ ਕੁਐਸਚਨ ਵੱਡੇ 12-12 ਮਾਰਕਸ ਦੇ ਅਸੀਂ ਪਿੱਛੇ ਗੱਲ ਕਰ ਰਹੇ ਹਾਂ ਔਰ 11 ਕੁਐਸਚਨ ਛੋਟੇ ਹੈ 2-2 ਮਾਰਕਸ ਦੇ ਸੋ ਨਾਰਮਲੀ ਜਿਹੜੇ ਵੱਡੇ ਕੁਐਸਚਨ ਨੇ ਉਹਨਾਂ ਨੂੰ 32 ਕਿੰਨੇ ਮਿੰਟ ਮਿਲਦੇ ਰਹੇ ਇਹ ਦੇਖਣਾ ਜ਼ਰੂਰੀ ਹੈ ਨਾਰਮਲੀ ਐਵਰੇਜ 32 ਮਿੰਟ ਹੈ ਨਾ 32 ਇੰਟੂ ਪਲੱਸ uh, 32 ਪਲੱਸ 32 ਪਲੱਸ 32 ਇਹ ਕਹਿ ਰਹੇ ਆਂ ਹੈ ਚਾਰ ਕੁਐਸਚਨ ਇਸ ਤਰ੍ਹਾਂ ਤੁਹਾਡੇ ਜਿਹੜੇ ਹੋਗੇ ਇਹ ਲਗਭਗ 2 ਮਿੰਟ ਦੀ 에ਰਰ ਨੂੰ ਜੇ ਪਰੇ ਕਰ ਦਈਏ ਇਹ ਲੈ ਰਹੇ ਨੇ 2 ਘੰਟੇ ਤੇ 8 ਮਿੰਟ ਲੈ ਰਹੇ ਨੇ 2 ਘੰਟੇ 10 ਮਿੰਟ ਬਚ ਸਕਦੇ ਨੇ ਬਾਕੀ ਤੁਹਾਡੇ ਕੋਲ 50 ਮਿੰਟ ਬਚਦੇ ਨੇ 50 ਮਿੰਟ ਦੇ ਵਿੱਚ ਤੁਸੀਂ ਕਰ ਸਕਦੇ ਹੋ 11 ਕੁਐਸਚਨ ਅ ਸੋ ਇੱਕ ਅਪਰੋਚ ਇਹ ਬਚਦੀ ਹੈ ਅ ਲੇਕਿਨ ਇਸ ਨੂੰ ਇਸੇ ਤਰ੍ਹਾਂ ਇਸ ਤਰ੍ਹਾਂ ਸਿਰਫ ਲਿਖ ਦੇਣਾ ਠੀਕ ਨਹੀਂ ਹੈ ਇਸ ਨੂੰ ਪ੍ਰੈਕਟੀਕਲੀ ਦੇਖ ਲਈਏ ਤੇ ਕੀ ਫਰਕ ਪੈਂਦਾ ਹੈ ਜਦੋਂ ਅਸੀਂ ਐਗਜ਼ਾਮ ਵਿੱਚ ਬੈਠਦੇ ਹਾਂ ਅ ਐਗਜ਼ਾਮ ਵਿੱਚ ਜਦੋਂ ਬੈਠਦੇ ਹਾਂ ਸਾਡੇ ਕੋਲ ਇੱਥੇ ਮੈਂ ਲਿਖ ਲਿਆ ਹੈ ਕਿ ਕੁਐਸਚਨ नंबर एक आ, दो तीन और चार है ना पं क्वेश्चन जड़ा है इदा करके लिख लिया है क्योंकि इसे एक दो तीन चार पाँच छत अठ नौ दस ग्यारह क्वेश्चन ये करनेवा जो पार्ट होएगा ਉਹਨ ਸਿੰਪਲ ਨੁਕਤਾ ਤਾਂ ਇਹ ਹੀ ਹੈ ਕਿ 32 32 32 ਮਿੰਟ ਦਿੱਤੇ ਜਾਣ ਔਰ ਬਾਕੀ 50 ਮਿੰਟ ਜਿਹੜੇ 52 ਜਾਂ 53 ਦੇ ਨੇ ਉਹ ਡਿਵਾਈਡ ਕਰ ਦੇ ਤੇ ਜਨ ਅਸਲ ਵਿੱਚ ਅਜਿਹਾ ਨਹੀਂ ਹੁੰਦਾ ਸਭ ਤੋਂ ਪਹਿਲਾਂ ਇਹ ਦੇਖ ਲੈਣਾ ਚਾਹੀਦਾ ਹੈ ਕਿ ਮੈਂ ਤੁਹਾਨੂੰ ਡਿਵਾਈਡ ਐਗਜ਼ੈਕਟ ਕਰਕੇ ਦਿਨਾ ਹਾਂ ਕਿ ਤੁਸੀਂ ਘੜੀ ਦੇ ਕਿੰਨੇ ਮਿੰਟ ਤੇ ਅਗਲਾ ਕੁਐਸਚਨ ਸ਼ੁਰੂ ਕਰ ਦੇਣਾ ਹੈ ਉਸ ਲਈ ਸਭ ਤੋਂ ਪਹਿਲਾਂ ਜਾਣਨਾ ਇਹ ਜ਼ਰੂਰੀ ਹੋਏਗਾ ਸਾਡਾ ਕੁਐਸਚਨ ਸ਼ੁਰੂ ਕਿੰਨੇ ਵਜੇ ਪੇਪਰ ਹੋਣਾ ਹੈ 1:30 ਵਜੇ 4:30 ਵਜੇ ਤੱਕ ਖਤਮ ਹੋ ਜਾਣਾ ਹੈ ਅ 1:30 ਵਜੇ ਜੇ ਹੋਣਾ ਹੈ ਤੇ ਸਾਡਾ ਪੇਪਰ ਜਿਹੜਾ ਹੈ ਰੰਗ ਬਦਲ ਕੇ ਥੋੜਾ ਜਿਹਾ ਇਸ ਨੂੰ ਇਸ ਤਰ੍ਹਾਂ ਕਰ ਲੈਣੇ ਹਾਂ ਅ 1:30 ਵਜੇ ਇਹ ਇੱਥੇ ਟਾਈਮ ਲਿਖ ਲਿਆ ਟਾਈਮ ਅ 1:30 ਵਜੇ ਪੇਪਰ ਸ਼ੁਰੂ ਹੋ ਗਿਆ ਅ 1:30 ਵਜੇ ਸ਼ੁਰੂ ਹੋ ਗਿਆ ਪਹਿਲਾ ਕੁਐਸਚਨ 32 ਮਿੰਟ ਤੇ ਕਿੱਥੇ ਖਤਮ ਹੋ ਜਾਏਗਾ ਇੱਕ ਸੌਰੀ ਇਹ 2:02 ਮਿੰਟ ਤੇ ਹੈਨਾ ਅ ਅਗਲਾ ਕੁਐਸਚਨ ਕੋ ਦੋ ਖਤਮ ਹੋ ਜਾਏਗਾ 2:00 ਕੇ ਅ 32 ਮਿੰਟ ਕਦੋਂ ਹੋ ਗਏ ਇਹ ਰਹਿ ਗਿਆ ਆ 34 ਮਿੰਟ ਤੇ ਅ ਅਗਲਾ ਹੋ ਜਾਏਗਾ ਸਾਡਾ 3 ਵਜੇ ਅ 0 6 ਮਿੰਟ ਤੇ ਅ ਸੋ ਇਹ ਕੁਐਸਚਨ ਜਿਹੜਾ ਸੀ 32 ਮਿੰਟ ਤਾਂ ਹੋ ਗਿਆ ਇਹ ਕੁਐਸਚਨ ਸੀ 32 ਮਿੰਟਸ ਹੋ ਗਿਆ ਇਹ ਇਹ ਕੁਐਸਚਨ ਸੀ 32 ਮਿੰਟਸ ਹੋ ਗਿਆ ਔਰ ਇਸ ਤੋਂ ਬਾਅਦ ਚੌਥਾ ਕੁਐਸਚਨ ਵੀ ਅਸੀਂ 32 ਮਿੰਟਸ ਕਰਨਾ ਹੈ ਉਸ ਲਈ ਟਾਈਮ ਕਿੰਨਾ ਲੱਗ ਜਾਣਾ ਹੈ ਅ ਤਿੰਨ ਅ ਤਿੰਨ ਵਜਕੇ ਤੇ 38 ਮਿੰਟ ਤੇ ਬਾਕੀ ਜਿਹੜੇ 50 52 ਬਚਦੇ ਨੇ ਉਹ 11 ਕੁਐਸਚਨ ਕਰਨ ਲਈ ਬਚ ਗਿਆ ਪਰ ਐਕਚੁਅਲ ਚ ਅਜਿਹਾ ਨਹੀਂ ਹੁੰਦਾ ਰਿਐਲਿਟੀ ਚ ਕਿਸ ਤਰ੍ਹਾਂ ਹੋਣਾ ਹੈ येलो ਕਲਰ ਨਾਲ ਇੱਥੇ ਟਾਈਮ ਫਿਰ ਲਿਖ ਲਿਆ ਹੈ ਮੈਂ 1 ਵਜਕੇ 30 ਮਿੰਟ ਤੇ ਤੁਹਾਡਾ ਪੇਪਰ ਸਟਾਰਟ ਹੋ ਜਾਂਦਾ ਹੈ ਉਹਦੇ ਵਿੱਚ ਤੁਸੀਂ ਤਾਂ 5 ਮਿੰਟ ਪਹਿਲੇ ਇਹ ਨਾਰਮਲੀ ਚੱਲ ਜਾਂਦੇ ਨੇ 4 5 3 ਮਿੰਟ 2 ਮਿੰਟ ਇਹ ਜਾਂਦੇ ਨੇ ਕਿ ਪੇਪਰ ਰੀਡ ਕਰਨਾ ਹੈ ਟੈਨਸ਼ਨ ਹੈ ਕੋਈ ਪੇਪਰ ਨਹੀਂ ਆਉਂਦਾ ਉਸ ਨੂੰ ਕੱਢ ਦਿੱਤਾ ਜਾਂਦਾ ਹੈ ਕੱਢਿਆ ਹਮੈਂ ਸੋ 1:30 ਵਜੇ ਹੋਇਆ ਤੁਸੀਂ ਉਹ ਟਾਈਮ ਵਿੱਚ ਪਾ ਲਿਆ ਤੇ ਟੋਟਲ ਪਹਿਲੇ ਜਿਹੜੇ ਪਹਿਲਾ ਕੁਐਸਚਨ ਕਿੰਨੇ ਵਜੇ ਖਤਮ ਕਰਨਾ ਹੈ 2:02 ਮਿੰਟ ਤੇ ਨਹੀਂ 2:00 ਇੱਥੇ ਆਪਾਂ ਲਿਖ ਰਹੇ ਹਾਂ 2:08 ਮਿੰਟ ਤੇ ਓਕੇ ਸੋ ਅਸੀਂ 6 ਮਿੰਟ ਵਾਦੂ ਇਹਨੂੰ ਪੇਪਰ ਨੂੰ ਦੇ ਕੁਐਸਚਨ ਨੂੰ ਦੇ ਰਹੇ ਹਾਂ ਉਹ ਉਹ ਕਿਹੜੇ ਹੈ ਕਿ ਪੇਪਰ ਰੀਡ ਵੀ ਕਰਨਾ ਹੈ ਸਪੀਡ ਵੀ ਸ਼ੁਰੂ ਵਿੱਚ ਘੱਟ ਹੁੰਦੀ ਹੈ ਇਸ ਨੂੰ ਤੁਸੀਂ 2:10 ਮਿੰਟ ਤੇ ਵੀ ਖਤਮ ਕਰ ਸਕਦੇ ਆ ਹੁਣ ਕੀ ਕਰਨਾ ਹੈ ਕਿ ਪਹਿਲਾ ਕੁਐਸਚਨ 1:30 ਜਿੰਨਾ ਵੀ ਟਾਈਮ ਹੁੰਦਾ ਹੈ 2:08 ਮਿੰਟ 9 ਮਿੰਟ ਦਾ 10 ਮਿੰਟ ਤੇ ਐਗਜ਼ੈਕਟ ਲਾਈਨ ਕੱਟ ਕੇ ਖਤਮ ਪੇਪਰ ਨੈਕਸਟ ਕੁਐਸਚਨ ਹਰ ਹਾਲਤ ਵਿੱਚ ਸ਼ੁਰੂ ਕਰ ਦੇਣਾ ਹੈ ਹੁਣ ਨੈਕਸਟ ਜਿਹੜਾ ਕੁਐਸਚਨ ਸ਼ੁਰੂ ਕਰਦਾ 2:08 ਮਿੰਟ ਤੋਂ ਤੁਸੀਂ 2: ਹਨ 40 ਮਿੰਟ ਨਹੀਂ 42 ਜਾਂ 43 ਮਿੰਟ ਤੇ ਇੱਥੇ ਮੈਂ 43 ਮਿੰਟ ਲਿਖਿਆ ਹੈ ਸੋ ਦੇਖੋ ਇਹ ਇਸ ਵਿੱਚ ਪਹਿਲੇ ਮੈਂ ਇਹ ਕਰਦਿਆਂ ਵਾਈਟ ਕਲਰ ਨਾਲ ਇੱਥੇ ਲਿਖਣ ਲੱਗਾ ਹਾਂ ਪਹਿਲਾ ਜਿਹੜਾ ਕੁਐਸਚਨ ਹੈ ਉਸ ਨੂੰ ਅਸੀਂ ਕਿੰਨੇ ਮਿੰਟ ਦਿੰਦੇ ਹਨ ਮਿਨੀਮਮ 38 ਮਿੰਟ ਦਿੰਦੇ ਆ ਬੰਦੇ ਏ 32 ਸੀ ਲੇਕਿਨ 38 ਦੇਨੇ ਪੈਣੇ ਆ ਸਪੀਡ ਘਟ ਹੁੰਦੀ ਹੈ ਵਗੈਰਾ ਮੈਂ ਦੱਸ ਚੁੱਕਾ ਹਾਂ ਦੂਸਰਾ 2:00 ਕੇ 8 ਤੋਂ 43 ਮਿੰਟ ਤੱਕ 32 ਮਿੰਟ ਦੇਨੇ ਸੀ ਲੇਕਿਨ 32 ਦੀ ਜਗ੍ਹਾ ਤੇ ਅਸੀਂ 35 ਮਿੰਟ ਦੇ ਰਹੇ ਹਾਂ 35 ਮਿੰਟ ਕਿਉਂਕਿ ਸਪੀਡ ਹਜੇ ਵੀ ਥੋੜੀ ਘਟ ਹੁੰਦੀ ਹੈ ਇਸ ਤੋਂ ਬਾਅਦ 2:43 ਮਿੰਟ ਤੋਂ ਬਾਅਦ ਹੁਣ ਤੁਸੀਂ ਅਗਲਾ ਸਟਾਪ ਕਿੱਥੇ ਲਾਣਾ ਹੈ ਇੱਥੇ 2:00 ਕੇ ਇੱਥੇ 3:00 ਕੇ 3:15 ਮਿੰਟ ਤੇ ਆ ਗਿਆ ਹੁਣ 1 8 ਪੁਆਇੰਟ ਦੇਖੋ ਕਿੰਨੇ ਤੇ ਲੱਗਾ ਹੈ ਐਗਜੈਕਟ 32 ਤੇ ਆ ਗਏ ਹਾਂ ਇਹ 32 ਤੇ ਲੱਗ ਰਿਹਾ ਹੈ ਇੱਥੇ 32 ਮਿੰਟ ਪੈ ਲਿਖ ਦਿੱਤਾ ਕਿ ਇਸ ਕੁਐਸਚਨ ਨੇ 32 ਮਿੰਟ ਲਏ ਹਨ ਹੁਣ ਨੈਕਸਟ ਵੀ 32 ਤੇ ਹੀ ਜਾਏਗਾ 3 15 ਔਰ ਇਹ 45 ਤੇ 3 47 ਤੇ ਤੁਹਾਡਾ ਚੌਥਾ ਕੁਐਸਚਨ ਜਿਹੜਾ ਹੈ ਉਸਨੇ ਵੀ 32 ਮਿੰਟ ਲੈਣੇ ਹਨ ਇੱਥੇ ਅਸੀਂ ਲਿਖ ਦਿੱਤੇ 32 ਮਿੰਟ ਓਕੇ ਸੋ ਇਹ ਕਿੰਨੇ ਟੋਟਲ ਬਣੇ ਇਹ ਇਹ ਮਿੰਟ ਨੂੰ 38 35 32 32 ਨੂੰ ਜੇ ਪਲੱਸ ਕਰ ਦਿੱਤਾ ਕਿ ਸਾਡੇ ਵੱਡੇ ਕੁਐਸਚਨ ਕਿੰਨੇ ਮਿੰਟ ਚ ਖਤਮ ਹੋ ਰਹੇ ਨੇ ਇੱਥੇ ਇਹਨਾਂ ਦਾ ਜੋੜ ਕਰ ਲਿਆ ਜਾਵੇ ਦਿਖ ਸ ਜਾਏਗਾ 2 ਘੰਟੇ ਤੇ 17 ਮਿੰਟ 2 ਘੰਟੇ 17 ਮਿੰਟ ਲੱਗ ਗਏ ਔਰ ਸਾਡੇ ਕੋ ਕਿੰਨੇ ਬਚੇ ਇੱਧਰ 43 ਮਿੰਟ ਬਚੇ ਇੱਥੇ 43 ਮਿੰਟ ਉਨ 43 ਮਿੰਟ ਵਿੱਚ ਇੱਥੇ ਸਪੀਡ ਵੱਧ ਚੁੱਕੀ ਹੈ ਇੱਕ ਗੱਲ ਯਾਦ ਰੱਖਣਾ ਹੈ 43 ਮਿੰਟ ਵਿੱਚ ਇਹ ਤੁਸੀਂ 11 ਕੁਐਸਚਨ ਕਰਨੇ ਨੇ ਨਾਰਮਲੀ ਇੱਕ ਪੇਜ ਅਸੀਂ 5 6 ਮਿੰਟ ਚ ਪੜਨਾ ਬਣਦਾ ਹੈ ਸਾਡਾ ਜੇ ਤੁਸੀਂ ਅਜਿਹਾ ਕਰ ਲੈਂਦੇ ਹੋ ਫਿਰ ਤੁਸੀਂ ਹਰ 4 ਮਿੰਟ ਚ ਲਗਭਗ 4 ਮਿੰਟ ਚ ਇੱਕ ਕੁਐਸਚਨ ਨੂੰ ਕਰੋਗੇ 4 ਮਿੰਟ ਚ ਇੱਕ ਕੁਐਸਚਨ ਨੂੰ 4 ਮਿੰਟ ਚ ਇੱਕ ਕੁਐਸਚਨ ਨੂੰ 4 ਮਿੰਟ ਚ ਇੱਕ ਕੁਐਸਚਨ ਨੂੰ ਸੋ ਇਹ 4 ਮਿੰਟ ਵਿੱਚ ਤੁਹਾਡਾ ਪੌਣਾ ਪੇਜ ਲਗਭਗ ਅੱਧੇ ਪੇਜ ਤੋਂ ਥੋੜਾ ਜ਼ਿਆਦਾ ਪੇਜ ਭਰਿਆ ਜਾਏਗਾ ਸੋ ਇਸ ਤਰ੍ਹਾਂ ਤੁਸੀਂ ਇਸ ਨੂੰ ਕੰਪਲੀਟ ਕਰੋਗੇ ਔਰ ਟੋਟਲ 6:30 ਵਜੇ ਜਿਹੜਾ ਹੈ ਤੁਹਾਡਾ ਪੇਪਰ ਖਤਮ ਹੋਣਾ ਹਰ ਹਾਲਤ ਚ ਚਾਹੀਦਾ ਹੈ ਤੁਸੀਂ ਇਹਦੇ ਵਿੱਚ ਜਿੱਦਾਂ ਅਸੀਂ ਕੱਟ ਪੁਆਇੰਟ ਦੇਖਿਆ ਹੈ ਕਿ 1:30 ਵਜੇ ਸ਼ੁਰੂ ਹੋਇਆ 2:08 ਤੇ ਪਹਿਲਾ ਕੁਐਸਚਨ ਖਤਮ 2:43 ਤੇ ਦੂਜਾ ਕੁਐਸਚਨ ਖਤਮ ਅ 3:15 ਤੇ ਤੀਜਾ ਕੁਐਸਚਨ ਖਤਮ ਅ 3:47 ਤੇ ਚੌਥਾ ਕੁਐਸਚਨ ਖਤਮ ਅ ਸੋ ਇਸ ਦੇ ਵਿੱਚ ਜੇਕਰ ਤੁਹਾਡੇ ਕੋ 43 ਮਿੰਟ ਬਚਦੇ ਨੇ ਇਸ ਦੇ ਵਿੱਚ ਅ ਤੁਸੀਂ ਲਗਭਗ 20 ਮਿੰਟ ਦੇ ਬਾਅਦ 21-22 ਮਿੰਟ ਦੇ ਬਾਅਦ ਅ ਅਸੀਂ ਦੇਖਾਂਗੇ 4:10 ਤੇ 4:10 ਤੇ ਸਾਡੇ ਲਗਭਗ ਇਹ ਇਹਨਾਂ ਵਿੱਚੋਂ 1 2 3 4 5 ਜਾਂ 6 ਕੁਐਸਚਨ ਹਨਾ 5 ਜਾਂ 6 ਕੁਐਸਚਨ ਸਾਡੇ 5 ਵੀ ਕੁਐਸਚਨ ਸਹੀ ਹੋ ਜਾਂਦੇ ਆ ਕਿਉਂਕਿ ਸਪੀਡ ਲਾਸ ਤੇ ਥੋੜੀ ਵੱਧੀ ਹੁੰਦੀ ਹੈ ਇਹ 4:10 ਤੇ ਸਾਡੇ ਇਹ ਘੱਟੋ-ਘੱਟ 5 5.5 ਕੁਐਸਚਨ ਖਤਮ ਹੋ ਜਾਣੇ ਚਾਹੀਦੇ ਆ 4 10 ਦਾ ਇੱਕ ਘੱਟ ਤੁਸੀਂ ਰੱਖ ਸਕਦੇ ਹੋ ਉਸ ਤੋਂ ਬਾਅਦ ਸਾਡੇ ਇਹ 4 ਵਜੇ ਤੱਕ ਤੁਹਾਡਾ ਲਾਸਟ ਪੇਪਰ ਦਾ ਲਾਸਟ ਕੁਐਸਚਨ ਕੰਪਲੀਟ ਟਾਈਮਲੀ ਹੋ ਜਾਣਾ ਚਾਹੀਦਾ ਹੈ ਜੇ 1 2 ਮਿੰਟ ਬਚਦੇ ਹਨ ਤਾਂ ਤੁਸੀਂ ਇੱਕ ਵਾਰੀ ਰਿਵਾਈਜ਼ ਕਰਕੇ ਦੇਖ ਸਕਦੇ ਹੋ ਕਿ ਕੋਈ ਕੁਐਸਚਨ ਕੋਈ ਕੁਐਸਚਨ ਨੰਬਰ ਮੈਂ ਠੀਕ ਦਿੱਤਾ ਹੈ ਮੈਂ ਕੁਐਸਚਨ ਦਾ ਐਂਡ ਸਹੀ ਜਗ੍ਹਾ ਤੇ ਕੀਤਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਅ ਕਰਕੇ ਤੁਸੀਂ ਆਪਣਾ ਪੇਪਰ ਜਿਹੜਾ ਹੈ ਕੰਪਲੀਟ ਕਰ ਸਕਦੇ ਹੋ ਵਿਥਿਨ ਟਾਈਮ ਇਹ ਇਸ ਨੂੰ ਮੈਂ ਬੈਸਟ ਇਸ ਲਈ ਕਿਹਾ ਹੈ ਕਿ ਜਿਨ੍ਹਾਂ ਦੀ ਸਪੀਡ ਵੀ ਘੱਟ ਹੈ ਉਹਨਾਂ ਨੂੰ ਟਾਈਮ ਉਸ ਕੁਐਸਚਨ ਨੂੰ ਉਹਨਾਂ ਦੇਣਾ ਹੈ ਐਨੇ ਵਜੇ ਤੱਕ ਐਨੇ ਇਹ ਇਹ ਜੋ ਡਿਵੀਜ਼ਨ ਹੈ ਇਹ ਸਭ ਲਈ ਐਪਲੀਕੇਬਲ ਹੈ ਇਹ ਯੂਨੀਵਰਸਲੀ yellow ਵਾਲਾ ਟਾਈਮ ਵਾਲਾ ਜੋ ਪੀਰੀਅਡ ਹੈ ਸਭ ਲਈ ਐਪਲੀਕੇਬਲ ਹੈ ਜੇ ਤੁਹਾਡੀ ਫੁੱਲ ਸਪੀਡ ਹੈ ਫਿਰ ਵੀ ਇਹ ਥੋੜੀ ਘੱਟ ਹੈ ਫਿਰ ਵੀ ਤੇ ਉਸ ਤੋਂ ਘੱਟ ਹੈ ਫਿਰ ਵੀ ਕਿਉਂਕਿ ਤੁਸੀਂ ਹਰ ਕੁਐਸਚਨ ਨੂੰ ਬਣਦਾ ਉਸ ਦਾ ਟਾਈਮ ਦੇਣਾ ਹੈ ਇੱਕ 2 ਮਿੰਟ ਇੱਧਰ ਉੱਧਰ ਹੋ ਸਕਦੇ ਆ ਜਿਆਦਾ ਮਿੰਟ ਜਦੋਂ ਇੱਧਰ ਉੱਧਰ ਹੁੰਦੇ ਆ ਕੀ ਹੁੰਦਾ ਹੈ ਕਿ ਤੁਸੀਂ ਜੇ 1 2 3 4 5 ਮਿੰਟ ਇਸ ਤੋਂ ਵੀ ਵਾਧੂ ਇਹਨੂੰ ਦੇ ਦਿੱਤੇ ਇਹਨੂੰ ਵਾਧੂ ਦੇ ਦਿੱਤੇ ਲਾਸਟ ਕੁਐਸਚਨ ਤੁਹਾਡੇ ਜੇ ਆਉਂਦਾ ਵੀ ਹੈ ਤੁਹਾਨੂੰ ਨੌਲੇਜ ਹੈ ਵੀ ਫਿਰ ਵੀ ਕੰਪਲੀਟ ਨਹੀਂ ਕਰ पाओगे ਹਰ ਹਾਲਾਤ ਪੇਪਰ ਕੰਪਲੀਟ ਕਰਨਾ ਜ਼ਰੂਰੀ ਹੈ ਔਰ ਬੈਲੈਂਸ ਰੱਖਣਾ ਜ਼ਰੂਰੀ ਹੈ 댓 ਇਜ਼ ਵਾਈ ਇਸਾਰੀ ਪਲੈਨਿੰਗ ਮੈਂ ਤੁਹਾਡੇ ਸਾਹਮਣੇ ਰੱਖੀ ਹੈ ਤੁਹਾਨੂੰ ਜੋ ਸੂਟੇਬਲ ਤੁਹਾਡੇ ਮੁਤਾਬਕ ਲੱਗਦਾ ਹੈ ਉਸ ਨੂੰ ਤੁਸੀਂ ਅਡਾਪਟ ਕਰ ਸਕਦੇ ਹੋ ਥੈਂਕ ਯੂ ਡਾਕਟਰ ਤੀਰਸ ਸਿੰਘ ਲਾਂਟੋ ਐਕਟ